ਸੁਸ਼ੀਲ ਰਿੰਕੂ ਅਤੇ ਸ਼ੀਤਰ ਅੰਗੂਰਾਲ ਦੇ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਕਰਕੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਏ। ਇਸ ਦੇ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਰੋਸ ਪ੍ਰਦਰਸ਼ਨ ਵੀ ਕੱਢਿਆ ਜਾ ਰਿਹਾ ਏ ਐਮਪੀ ਰਿੰਕੂ ਅਤੇ ਐਮਐਲਏ ਸ਼ੀਤਲ ਅੰਗੂਰਾਲ ਦੇ ਖਿਲਾਫ। ਤਾਂ ਦੱਸ ਦਈਏ ਕਿ ਸ਼ੀਤਲ ਅੰਗੂਰਾਲ ਅਤੇ ਸੁਸ਼ੀਲ ਰਿੰਕੂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਦੋਨੋਂ ਹੀ। ਸੁਸ਼ੀਲ ਰਿੰਕੂ ਜਲੰਧਰ ਦੇ ਐਮਪੀ ਨੇ ਮੌਜੂਦਾ ਅਤੇ ਸ਼ੀਤਲ ਅੰਗੂਰਾਲ ਜਲੰਧਰ ਵੈਸਟ ਤੋਂ ਐਮਐਲਏ ਨੇ। ਤਾਂ ਦੋਨਾਂ ਨੇ ਹੀ ਬੀਜੇਪੀ ਦਾ ਪੱਲਾ ਫੜ ਲਿਆ ਹੈ, ਜਿਸ ਤੋਂ ਬਾਅਦ ਮੰਤਰੀ ਬਲਕਾਰ ਸਿੰਘ ਦੀ ਅਗਵਾਈ ਦੇ ਵਿੱਚ ਜਲੰਧਰ ਵਿਖੇ ਵੱਡਾ ਪ੍ਰਦਰਸ਼ਨ ਕੱਢਿਆ ਗਿਆ। ਆਪ ਵਰਕਰਾਂ ਦੇ ਵੱਲੋਂ ਹੱਥ ਦੇ ਵਿੱਚ ਬੋਰਡ ਫੜੇ ਗਏ ਨੇ ਅਤੇ ਉਹਨਾਂ 'ਤੇ ਲਿਖਿਆ ਹੈ ਸ਼ੀਤਲ ਅੰਗੂਰਾਲ ਅਤੇ ਸੁਸ਼ੀਲ ਰਿੰਕੂ ਗੱਦਾਰ, ਦੋਨਾਂ ਨੂੰ ਪੰਜਾਬ ਦੇ ਗੱਦਾਰ ਦੱਸਿਆ ਗਿਆ ਹੈ। ਜਨਤਾ ਇਹਨਾਂ ਨੂੰ ਸਜ਼ਾ ਦੇਵੇਗੀ, ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ। ਅਤੇ ਮੌਕੇ 'ਤੇ ਪੁਲਿਸ ਬਲ ਵੀ ਤੈਨਾਤ ਸੀ ਤਾਂ ਕਿ ਮਾਹੌਲ ਨਾ ਖਰਾਬ ਹੋ ਸਕੇ। ਪਰ ਤਸਵੀਰਾਂ ਜਲੰਧਰ ਤੋਂ ਦਿਖਾ ਰਹੇ ਹਾਂ ਤੁਹਾਨੂੰ, ਜਿੱਥੇ ਆਪ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਦੇ ਖਿਲਾਫ਼। ਇਹ ਉਹੀ ਲੋਕ ਨੇ ਜੋ ਕੱਲ੍ਹ ਤੱਕ ਇਹਨਾਂ ਲੋਕਾਂ ਦੇ ਨਾਲ ਖੜ੍ਹੇ ਸੀ, ਅੱਜ ਇਹਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਨੇ। ਇੱਕ ਬਹੁਤ ਮੱਧਭਗ ਹੈ ਜਿਸ ਲੋਕਾਂ ਨੇ ਉਹਨਾਂ ਨੂੰ ਇੱਥੋਂ ਵਿਧਾਇਕ ਚੁਣਿਆ ਔਰ ਜਿਸ ਲੋਕਾਂ ਨੇ ਬਾਈ ਇਲੈਕਸ਼ਨ ਦੇ ਵਿੱਚ ਸ਼੍ਰੀ ਰਿੰਕੂ ਜੀ ਨੂੰ ਐਮਪੀ ਚੁਣਿਆ, ਅੱਜ ਉਹਨਾਂ ਲੋਕਾਂ ਦੇ ਨਾਲ ਉਹ ਗੱਦਾਰੀ ਕਰਕੇ ਉਹਨਾਂ ਦੇ ਭਾਵਨਾਵਾਂ ਨੂੰ ਉਹ ਠੇਸ ਦੇ ਕੇ ਅੱਜ ਉਹਨਾਂ ਨੇ ਬੀਜੇਪੀ ਜਿਹੜੀ ਜੁਆਇਨ ਕੀਤੀ ਹੈ। ਮੈਂ ਇਹਨਾਂ ਦੀ ਕੜੇ ਸ਼ਬਦਾਂ 'ਚ ਨਿੰਦਾ ਕਰਦਾ ਔਰ ਲੋਕ ਜਿਹੜਾ ਇਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਜਿਹੜੇ ਦੀ ਪਨਿਸ਼ਮੈਂਟ ਦੇਣਗੇ, ਇਹਨਾਂ ਨੂੰ ਸਬਕ ਦੇਣਗੇ, ਕਿਉਂਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ, ਇਕੱਲਾ ਕੋਈ ਵਿਅਕਤੀ ਨਹੀਂ। ਸੋ ਬਹੁਤ ਮੱਧਭਾਗ ਹੈ ਔਰ ਪਰਮਾਤਮਾ ਦੇਖਦਾ ਇਹਨਾਂ ਦਾ ਜਿਹੜਾ ਇਨਸਾਫ ਜੋ ਇਹਨਾਂ ਨੇ ਕੀਤਾ ਉਹਦੀ ਪਨਿਸ਼ਮੈਂਟ ਜਿਹੜੀ ਹੈ ਉਹ ਮਿਲੇਗੀ। ਜਦਕਿ ਰਿੰਕੂ ਜੀ ਨੇ ਪਿਛਲੇ ਦਿਨੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਰਹਿ ਕੇ ਕਿਹਾ ਸੀ ਕਿ ਮੈਂ ਪਾਰਟੀ ਦੇ ਨਾਲ ਮੈਂ ਕਿਤੇ ਨਹੀਂ ਚੱਲਦਾ। ਉਸ ਤੋਂ ਬਾਵਜੂਦ ਆਪਣੇ ਲਾਲਚਾਂ ਲਈ, ਆਪਣੇ ਹਿੱਤਾਂ ਲਈ ਉਹਨਾਂ ਨੇ ਗੁਰੂ ਸਾਹਿਬ ਨੂੰ ਵੀ ਦੇ ਦਰਬਾਰ ਦੇ ਵਿੱਚ ਝੂਠੀ ਸਹੁੰ ਖਾਧੀ। ਸੋ ਬਹੁਤ ਨਿੰਦਣਯੋਗ ਹੈ, ਪਰਮਾਤਮਾ ਇਹਨਾਂ ਨੂੰ ਜਿਹੜਾ ਇਹਨਾਂ ਦੀ ਸਹਾਇਤਾ ਜ਼ਰੂਰ ਦੇਗਾ। ਪਹਿਲਾਂ ਵੀ ਅਟਕਲਾਂ ਲੱਗੀ ਸੀ, ਉਸ ਤੋਂ ਬਾਅਦ ਖੁਦ ਮੁੱਖ ਮੰਤਰੀ ਸਾਹਿਬ ਵੀ ਦੋ ਦਿਨ ਜਲੰਧਰ ਰਹੇ ਸੀਗੇ, ਮੀਟਿੰਗਾਂ ਵੀ ਹੋਈਆਂ ਸੀਗੀਆਂ, ਲੱਗਦਾ ਸੀ ਸ਼ਾਇਦ ਜਿਹੜਾ ਜਾਣ ਦਾ ਪਲਾਨ ਕੈਂਸਲ ਹੋ ਗਿਆ, ਪਰ ਇੱਕਦਮ ਦੁਬਾਰਾ ਫਿਰ ਕੀ ਹੋਇਆ ਜੀ? ਦੇਖੋ ਇਹ ਤਾਂ ਉਹ ਜਵਾਬ ਦੇ ਸਕਣਗੇ ਨਾ ਕਿ ਉਹਨਾਂ ਨੇ ਇੱਦਾਂ ਕਿਉਂ ਕੀਤਾ। ਡੈਮੋਕ੍ਰੇਸੀ ਦੇ ਅੰਦਰ ਇੱਕ ਡੈਮੋਕ੍ਰੇਟਿਕ ਢਾਂਚਾ ਹੁੰਦਾ ਜੋ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਨੇ ਬਹੁਤ ਵੱਡਾ ਸਾਨੂੰ ਰਾਈਟ ਦਿੱਤਾ, ਰਾਈਟ ਟੂ ਵੋਟ, ਜਿਸ ਦੇ ਅੰਦਰ ਇੱਕ ਸਹੀ ਇਨਸਾਨ ਸਹੀ ਜਿਹੜੀ ਪਾਰਟੀ ਨੂੰ ਚੂਜ਼ ਕਰਨ ਦਾ ਸਾਨੂੰ ਮੌਕਾ ਮਿਲਦਾ ਹੈ। ਪਰ ਬਹੁਤ ਪਿਛਲੇ ਦਿਨ ਸ਼੍ਰੀ ਰਿੰਕੂ ਜੀ ਜੋ ਸਾਡੇ ਮੈਂਬਰ ਪਾਰਲੀਮੈਂਟ ਸੀ ਉਹ ਸਾਡੀ ਪਾਰਟੀ ਦੇ ਅੰਦਰ ਜੁਆਇਨ ਕਰਕੇ ਜਿਹਨਾਂ ਨੂੰ ਪਾਰਟੀ ਨੇ ਬਹੁਤ ਵੱਡਾ ਜਿਹੜਾ ਸੀ ਮਾਨ ਸਨਮਾਨ ਦਿੱਤਾ ਸੀਗਾ, ਪਰ ਉਸ ਤੋਂ ਬਾਅਦ ਉਹਨਾਂ ਨੇ ਆਰਟ ਤੋਂ ਬੀਜੇਪੀ ਪਾਰਟੀ ਜਿਹੜੀ
ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਪਾਰਟੀ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਜਦੋਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਜ਼ਿਮਨੀ ਚੋਣ ਹੋਈ ਸੀ, ਅਸੀਂ ਇੱਕ ਇੱਕ ਵਰਕਰ ਬੈਠ ਕੇ ਬੂਥਾਂ ਦੇ ਉੱਤੇ ਸਾਡੇ ਸਾਥੀਆਂ ਨੇ ਬੈਠ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਇਆ ਸੀਗਾ। ਇੱਕ ਪਾਸੇ ਮੁੱਖ ਮੰਤਰੀ ਸਾਹਿਬ ਸੇ ਮਾਨ ਜਿਹੜਾ ਸੀਗਾ ਆਪ ਇੱਥੇ ਬੈਠ ਕੇ ਉਹਨਾਂ ਨੇ ਜਿਹੜੀ ਇਸ ਗੱਲ ਦੇ ਵਿੱਚ ਪਹਿਰਾ ਦਿੱਤਾ ਸੀਗਾ ਕਿ ਜਿੱਥੇ ਪਰ ਅੱਜ ਉਹਨਾਂ ਪਾਰਟੀ ਨਾਲ ਦੋਨਾਂ ਸਾਥੀਆਂ ਨੇ ਸਾਡਿਆਂ ਨੇ ਐਮਐਲਏ ਸਾਹਿਬ ਨੇ ਤੇ ਦੂਜੇ ਸ਼ਸ਼ੀਰ ਤੁਹਾਨੂੰ ਪਤਾ ਹੀ ਆ ਤੁਸੀਂ ਸਾਰੀ ਆਪਣੇ ਇਸ ਟਾਈਮ ਦੇ ਵੀਡੀਓ ਰਿਕਾਰਡਿੰਗ ਕੀਤੀ ਹੈ ਕਿ ਰੋਸ ਵਿਚਾਰਾ ਕਿਉਂ ਆਇਆ। ਠੀਕ ਹੈ, ਇਹ ਕਹਿ ਰਹੇ ਸਾਡਾ ਐਮਐਲਏ ਹੀ ਚੁਣਿਆ ਸੀਗਾ, ਇਹ ਪਾਰਟੀ ਛੱਡ ਕੇ ਚਲ ਗਿਆ, ਇਸ ਕਰਕੇ ਰੋਸ ਕਰ ਰਹੇ। ਕੋਈ ਰੇਡ ਨਹੀਂ ਹੋਈ।